ਬਾਕੀ ਜਿਹੜਾ ਇਹ ਅਸੀਂ ਵੀਰੇ ਸਾਰੇ ਤਰ੍ਹਾਂ ਦੇ ਗਾਣੇ ਹੋਣੇ, ਮੇਰਾ ਗਾਣਾ ਫੈਕਟਸ ਆਇਆ ਸੀਗਾ, ਨੋ ਨੀਡ ਆਇਆ ਸੀਗਾ, ਬਹੁਤ ਗਾਣਾ ਆਇਆ, ਮਾਂ ਪਿਓ ਦੇ ਉੱਤੇ ਗਾਣੇ ਬਹੁਤ ਆਏ ਨੇ, ਉਹਨਾਂ ਦੇ ਵਿਊ ਇੰਨੇ ਨਹੀਂ ਹੋਏ ਹੈਗੇ। ਆਵਾਜ਼ ਗਾਣਾ ਆਇਆ, ਆਵਾਜ਼ ਫਕੀਰਾਂ ਦੀ ਕਮਰ ਕਰਿਆ ਲਗਾਈ, ਉਹਨਾਂ ਦੇ ਵਿਊ ਇਹਨੇ ਕੀ 10 ਮਿਲੀਅਨ 15 ਮਿਲੀਅਨ ਹੈ ਨਾ। ਅਤੇ ਜਿਹੜੇ ਮੈਂ ਦਾਰੂ 'ਤੇ ਗਾਣੇ ਕੱਢੇ ਆ ਜਾਂ ਕੱਢਿਆ ਆਹ ਜਿਹੜਾ ਤੁਸੀਂ ਹੁਣੇ ਕਿਹਾ ਡੋਂਟ ਲੁੱਕ, ਇਹਨਾਂ ਦੇ 80-80 ਮਿਲੀਅਨ ਵਿਊ ਹੋਏ ਨੇ। ਹੁਣ ਓਬਵੀਅਸਲੀ ਵੀਰੇ ਮੈਨੂੰ ਜਿਹੜੀ ਚੀਜ਼ ਤੋਂ ਪੈਸੇ ਵੱਧ ਮਿਲਦੇ, ਮੈਂ ਵੀ ਆਪਣਾ ਘਰ ਪਾਲਣਾ ਬਾਈ, ਸੋ ਇਹੀ ਚੱਕਰ ਹੈ ਬਾਈ, ਸਿਰਫ ਆਪਣੀ ਫੈਮਿਲੀ ਕਰਕੇ ਕਰਦਾ ਬਾਈ ਜੋ ਵੀ ਕਰਦਾ ਹੋਰ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਾਡੇ ਚੈਨਲ ਨੂੰ ਪਹਿਲਾਂ ਤਾਂ ਕਰੋ ਸਬਸਕ੍ਰਾਈਬ ਅਤੇ ਨਾਲ ਲੱਗੇ ਬੈੱਲ ਦੇ ਆਈਕਨ 'ਤੇ ਪ੍ਰੈਸ ਕਰੋ ਤਾਂ ਕਿ ਜੋ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ। ਅਤੇ ਕਰਨ ਔਜਲੇ ਦੇ ਫੈਨ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਰ ਦਿਓ। ਅਤੇ ਅੱਜ ਦੀ ਵੀਡੀਓ ਦਾ ਟਾਈਟਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਕਰਨ ਔਜਲੇ ਦਾ ਨਵਾਂ ਗਾਣਾ 19 ਤਰੀਕ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਗਾਣੇ ਦਾ ਨਾਂ 2 AM ਹੈ। ਇਹ ਗਾਣਾ ਸਭ ਲੋਕਾਂ ਨੇ ਪਹਿਲਾਂ ਹੀ ਸੁਣ ਲਿਆ ਹੈ, ਪਰ ਹੁਣ ਇਸ ਦੀ ਵੀਡੀਓ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਕਰਨ ਔਜਲੇ ਦੇ ਹੁਣ ਤੱਕ ਜਿੰਨੇ ਵੀ ਗਾਣੇ ਆਏ ਹਨ ਸਾਰੇ ਸੁਪਰ ਡੂਪਰ 'ਤੇ ਹਿੱਟ ਰਹੇ ਹਨ। ਹੁਣ ਇਹਨਾਂ ਦਾ ਗਾਣਾ 2M ਜਲਦ ਹੀ ਰਿਲੀਜ਼ ਹੋਵੇਗਾ। ਫੈਨਸ ਨੂੰ ਇਸ ਗਾਣੇ ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਅਤੇ ਹੁਣ ਤੱਕ ਇਹਨਾਂ ਦੇ ਗਾਣੇ ਜਿਵੇਂ ਕਿ ਡੋਂਟ ਲੁੱਕ, ਨੋ ਨੀਡ ਅਤੇ ਦੁੱਖ ਦਾ ਸੁਨਾਣੀ ਸਾਰੇ ਤੋੜ ਦੇਣੇ ਆ। ਇਹ ਗਾਣੇ ਬਹੁਤ ਹੀ ਫੇਮਸ ਰਹੇ ਅਤੇ ਫੈਨਸ ਨੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕੀਤਾ। ਥੋੜ੍ਹੇ ਹੀ ਸਮੇਂ ਦੇ ਵਿੱਚ ਕਰਨ ਔਜਲੇ ਨੇ ਇੰਡਸਟਰੀ ਦੇ ਵਿੱਚ ਆਪਣਾ ਵੱਡਾ ਨਾਮ ਬਣਾ ਲਿਆ। ਅਤੇ 2AM ਗਾਣੇ ਦੇ ਸਿੰਗਰ ਅਤੇ ਲਿਰਿਕਸ ਹਨ ਕਰਨ ਔਜਲਾ, ਅਤੇ ਇਸ ਗਾਣੇ ਦਾ ਮਿਊਜ਼ਿਕ ਕੀਤਾ ਹੈ ਰੋਚ ਕਿੱਲਾ ਨੇ, ਅਤੇ ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਰੂਪਨ ਨੇ। ਇਹ ਗਾਣਾ ਜਲਦ ਹੀ ਰਿਹਾ ਰਿਕਾਰਡ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਹੋਣ ਵਾਲਾ ਹੈ। ਖੜਨਾ ਸਿੱਖ ਗਿਆ, ਫਿਰ ਗੱਲ ਤੋਂ ਲੜਨਾ ਸਿੱਖ ਗਿਆ, ਉਂਗਲੀ ਫੜ ਤੁਰਨ ਸਿਖਾਇਆ, ਗਲ ਬਾਪ ਦਾ ਫੜਨਾ ਸਿੱਖ ਗਿਆ, ਪੈਣੀ ਮੇਰੇ। ਤੇ ਹਾਂਜੀ ਦੋਸਤੋ, ਕਿੱਦਾਂ ਦੀ ਲੱਗੀ ਇਹ ਤੁਹਾਨੂੰ ਵੀਡੀਓ, ਨੀਚੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਚੱਲਦੀ ਚੱਲਦੀ ਵੀਡੀਓ ਨੂੰ ਕਰਨ ਔਜਲੇ ਦੇ ਫੈਨਸ ਲਾਈਕ ਕਰ ਦੇਣ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਜਾਣ ਅਤੇ ਨਾਲ ਲੱਗੇ ਬੈੱਲ ਦੇ ਆਈਕਨ 'ਤੇ ਪ੍ਰੈਸ ਕਰਨ ਤਾਂ ਜੋ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ। ਅਤੇ ਇਸ ਗਾਣੇ ਦੀਆਂ ਹੋਰ ਅਪਡੇਟਸ ਨੂੰ ਜਾਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ।